Virginia, bye, Agaruta. ਤੈਨੂੰ ਆਪਣੀ ਘੜੀ ਦਿਖਾ ਰਹੀ ਆ। ਇਹਦੇ ਖੇਡਾਂ ਲੈ ਕੇ ਆ, ਫਿਰ ਖੇਡੂ ਮੈਂ, ਲੈ ਕੇ ਆਉਣੀ ਆ। ਬੋਲ ਰਹੀ ਹੈ, ਹਾਂ ਲੈ ਕੇ ਆ ਜਾ। ਦੱਸ ਦੇ ਜਿਹੜੇ ਜਦੋਂ ਕੁੱਪੜਾ ਦਾ
ਖੱਟੇ ਕਰਕੇ ਨਾ ਫਿਰ ਉਹ ਪਟਿਆਲੇ ਜਾ ਕੇ ਹਟਦਾ ਡਾਕਟਰ ਕੋਲ। ਅੱਛਾ ਖੱਟੇ ਦੇ। ਹਾਂ ਕੋਈ ਐ ਨਹੀਂ ਜਦ ਗਾ ਦੁੱਖ ਦਾ ਹੁੰਦਾ ਜੇ ਲੱਗ ਜੇ ਧੁੱਪ ਚ ਤਾਰੇ ਚੱਲ ਕੀ ਕਰ। ਅੰਦਰ ਆ ਜਾ ਇਹਦੇ ਇਹਦੇ ਇਹਦੀ ਸਾਈਕਲ ਚ ਘੁਮਾਈਏ ਇੱਕ ਜਣੇ ਨੂੰ ਇੰਨੇ ਆਪਾਂ ਉਹਦਾ ਧਿਆਨ ਰੱਖੀ ਚੰਗਾ ਲੋ ਜੀ ਇੱਥੇ ਚਾਹ ਬਣ ਰਹੀ ਆ ਅਤੇ ਉੱਧਰ ਆਪਣਾ ਰੇਹ ਤਾਰ ਰਹੇ ਨੇ ਬਸ ਆਪਾਂ ਨੇ 8 ਕੱਪ ਬਣਾਏ ਨੇ ਜੀ ਚਾਹ ਦੇ। ਸਤਿ ਸ਼੍ਰੀ ਅਕਾਲ ਜੀ ਹੁਣ ਆਪਾਂ ਚੱਲੇ ਹਾਂ ਜੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਵਾਸਤੇ। ਤੁਹਾਨੂੰ ਪਤਾ ਹੈ ਵੀ ਇਹ ਸ਼ਹੀਦੀ ਦਿਨਾਂ 'ਚ ਸਾਰੇ ਹੀ ਗੁਰਦੁਆਰਾ ਸਾਹਿਬ ਰੋਜ਼ ਜਾਂਦੇ ਨੇ ਜੀ ਮੱਥਾ ਟੇਕਣ ਵਾਸਤੇ ਅਤੇ ਮੈਂ ਤਾਂ ਕਰੂੰਗੀ ਉੱਥੇ ਆਪਣਾ ਰੋਟੀ ਪਾਣੀ ਲੰਗਰ ਦੀ ਸੇਵਾ ਅਤੇ ਬਾਕੀ ਆਦਵਿੰਦਰ ਨੂੰ ਪੁੱਛ ਲੈਂਦੇ ਹਾਂ ਆਦਵਿੰਦਰ ਕਾਹਦੀ ਕਰੂਗਾ ਜੀ ਆਦਵਿੰਦਰ ਕਿਹਦੀ ਕਰੇਗਾ ਗਲਾਸਾਂ ਦੀ ਜੋ ਗਲਾਸ ਅਤੇ ਪ੍ਰਸ਼ਾਦ ਪ੍ਰਸ਼ਾਦੇ ਬਰਤਾ ਦੀ ਜਾਂ ਗਲਾਸ 'ਚ ਪਾਣੀ ਪਾ ਦੀ ਬਸ ਦਾਲ ਸਬਜ਼ੀ ਡੁੱਲ ਜਾਂਦੀ ਹੈ ਹਾਂ ਉਹ ਤਾਂ ਭਾਰੀ ਹਵਾ ਹਾਂ ਭਾਰੀ ਹੁੰਦੀ ਹਵਾ ਅਤੇ ਚਲੋ ਠੀਕ ਹੈ ਜੀ ਫਿਰ ਚੱਲਦੇ ਹਾਂ। ਅਜਾ ਤੁਸੀਂ ਮੇਰਾ ਬਾਕੜੀਆ ਜਾ ਕੋਈ
ਮੰਗੀ ਦੇ ਦੋ ਆ ਪਹਿਲਾਂ ਮੱਥਾ ਦੇਖ ਲੈ ਮੱਥਾ ਦੇਖ ਲੈ Thank you.
ਪਤਾ ਹੀ ਨਹੀਂ ਲੋਗ ਆ ਪਤਾ ਉਸ ਦਿਨ ਮਿਲੇ ਤੇ ਨਾ ਗੁਰਦੁਆਰੇ ਚ ਮਿਲੇ ਤੇ ਇਸਨੇ ਲੈ ਲਿਆ ਯੋ ਹਾਂ ਇਹਨੇ ਵੀ ਤਾਂ ਵਜਾਉਣਾ ਲੈ ਬੜਾਓ ਆਪਣੇ ਅੱਤਾ ਜੀ ਲੈ ਗਏ ਆਪਣਾ ਲੈ ਲਿਆ ਆਪਣੇ ਪਾਸ ਹੀ ਰੱਖ ਲਿਆ ਹਾਂ ਪਾਸ ਰੱਖ ਲਿਆ ਕਿ ਮੈਂ ਵੀ ਰੱਖਣਾ ਪਾਸ ਲਓ ਜੀ ਹਨੇਰਾ ਹੀ ਹੋ ਗਿਆ ਗੁਰਦੁਆਰਾ ਸਾਹਿਬ ਤੋਂ ਆਉਂਦਿਆਂ ਨੂੰ ਉਹ ਛੋਟੇ ਛੋਟੇ ਨੰਨੇ ਮੁੰਨੇ ਜੇ ਆਪਾਂ ਨੂੰ ਛੱਡ ਕੇ ਚਲੇ ਗਏ ਆਪਣੀ ਗੱਡੀ ਤਾਂ ਆ ਖੜੀ ਆ ਚੱਲ ਆ ਤਾਂ ਅੰਦਰ ਨੂੰ ਚੱਲੂ ਤਾਂ ਹੁਣ ਖਲੋਣੇ ਪਏ ਰਹਿਣ ਦਾ ਕੁਛ ਨਹੀਂ ਹੁੰਦਾ ਹੁਣ ਆਪਾਂ ਗੁਰਦੁਆਰਾ ਸਾਹਿਬ ਤੋਂ ਆ ਗਏ ਜੀ ਰਾਤ ਨੂੰ ਮਤਲਬ ਆਪਾਂ ਨੂੰ ਆਉਂਦਿਆਂ ਨੂੰ ਹਨੇਰਾ ਹੀ ਹੋ ਗਿਆ ਠੀਕ ਹੈ ਜੀ ਫਿਰ ਅੱਜ ਤਾਂ ਮਤਲਬ ਰਾਤ ਦਾ ਲੰਗਰ ਪਾਣੀ ਜਿਹੜਾ ਪ੍ਰਸ਼ਾਦਾ ਪਾਣੀ ਅਸੀਂ ਲੰਗਰ 'ਚ ਛੱਕ ਕੇ ਆਏ ਹਾਂ ਜੀ ਹੁਣ ਆਪਣਾ ਦੁੱਧ ਪਾਣੀ ਪੀ ਕੇ ਪੈ ਜਾਵਾਂਗੇ ਜੀ ਅਤੇ ਗੁਰੂ ਜੀ ਅਤੇ ਪਿਆਰੇ ਲਾਲਾ ਨੂੰ ਕੋਟ ਕੋਟ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ